ਇਹ ਕਿਸੇ ਇੱਕ ਵਿਸ਼ੇਸ਼ ਜਾਤ ਦਾ ਸੰਘਰਸ਼ ਨਹੀਂ ਹੈ। ਇਹਨਾਂ ਨੂੰ ਜੱਟਾਂ ਦਾ ਹੀ ਜਿਹੜਾ ਸੰਘਰਸ਼ ਬਣਾ ਦਿਓ। ਤੇ 10 ਗੀਤ ਇਹੋ ਜਿਹੇ ਹੁੰਦੇ ਨੇ ਜਿਹੜੇ ਸਿਰਫ ਜੱਟ 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 ਸ਼ਬਦ ਨੂੰ ਹੀ ਪ੍ਰਮੋਟ ਕਰਦੇ ਨੇ। ਉਹ ਇਹ ਗੱਲ ਕਰ ਜਾਂਦੇ ਨੇ ਕਿ ਜੱਟਾਂ ਨੂੰ ਜ਼ਮੀਨਾਂ ਦੀ ਮਾਲਕੀ ਦਿੱਤੀ ਸੀ, ਇੱਕ ਜਾਤ ਦੇ ਕਰਕੇ ਕੋਈ ਲਾਭ ਦੇਣ ਦੀ ਗੁਰੂ ਸਾਹਿਬ ਨੇ ਗੁਰਬਾਣੀ ਨੇ ਗੱਲ ਕੀਤੀ ਹੋਵੇ, ਮੈਨੂੰ ਇੱਕ ਵੀ ਕੋਈ ਐਗਜ਼ਾਮਪਲ ਇਹੋ ਜਿਹੀ ਦੱਸ। ਇਹਨੂੰ ਜੱਟ ਮਜ਼ਦੂਰ ਏਕਤਾ ਨਹੀਂ ਕਿਹਾ ਗਿਆ, ਇਹਨੂੰ ਕਿਸਾਨ ਮਜ਼ਦੂਰ ਏਕਤਾ ਕਿਹਾ ਗਿਆ। ਇਹ ਕਿਸੇ ਇੱਕ ਵਿਸ਼ੇਸ਼ ਜਾਤ ਦਾ ਸੰਘਰਸ਼ ਨਹੀਂ ਹੈ। ਇਸ ਲਈ ਜਿਹੜੇ ਗੀਤ ਗਾਉਣ ਵਾਲੇ ਲੋਕ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭਰਾਵੋ ਇਹ ਤੇ ਜਿਹੜੀਆਂ ਸਾਡਾ ਇਸ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਨੇ ਉਹ ਤੇ ਚਾਹੁੰਦੀਆਂ ਨੇ ਕਿ ਤੁਸੀਂ ਇਹਨੂੰ ਜੱਟਾਂ ਦਾ ਹੀ ਜਿਹੜਾ ਸੰਘਰਸ਼ ਬਣਾ ਦਿਓ, ਉਹੀ ਗਾਣੇ ਗਾਓ ਕਿ ਇਕੱਲੇ ਜੱਟਾਂ ਨੂੰ ਜਿਹੜਾ ਫਿਰ ਕੁੱਟਾਂਗੇ। ਤੇ ਪਹਿਲਾਂ ਮੁਸਲਮਾਨਾਂ ਨੂੰ ਕੁੱਟ ਲਿਆ, ਦਲਿਤਾਂ ਨੂੰ ਵੀ ਜਿਹੜਾ ਐਸਸੀ ਐਸਟੀ ਐਕਟ ਦੇ ਤਹਿਤ ਕੁੱਟ ਲਿਆ ਜੀ, ਤੇ ਵਾਰੀ ਵਾਰੀ ਸਾਰੇ ਕੁੱਟੇ ਜਾਓਗੇ। ਇਸ ਕਰਕੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਇਨਸਾਨੀਅਤ ਦੀ ਗੱਲ ਕੀਤੀ ਹੈ, ਕਿਸਾਨ ਬਹੁਤ ਵੱਡੀ ਚੀਜ਼ ਹੈ, ਕਿਸਾਨ ਬਹੁਤ ਵੱਡਾ ਦਾਇਰਾ ਹੈ, ਉਸ ਦੀ ਗੱਲ ਜਿਹੜੀ ਹੈ ਕਰੋ ਜੀ। ਔਰ ਫਤਿਹ ਜਿਹੜੀ ਹੈ ਅਟਲ ਜਿਹੜੀ ਹੈ ਉਹ ਤਾਂ ਤੁਹਾਡੀ ਹੋਏਗੀ। ਮੈਂ ਤੇ ਇੰਨੀ ਬੇਨਤੀ ਕਰਦਾ। ਇਹ ਸਨ ਯਾਨੀ ਗੁਰਮੀਤ ਸਿੰਘ ਗੌਰਵ ਜੀ, ਜਿਹੜੀ ਇਹਨਾਂ ਨੇ ਹੁਣੇ ਗੱਲ ਕੀਤੀ ਆ ਕਿ ਜਾਤ ਦੇ ਨਾਮ ਤੇ ਜਿਹੜੇ ਗੀਤ ਬਣਦੇ ਨੇ, ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਐਡਾ ਵੱਡਾ ਇੱਥੇ ਦਾਰੋ ਮਦਾਰ ਜਿਹੜਾ ਸਾਰਾ ਖੜਾ ਹੋਇਆ, ਤੇ ਇਸ ਸੰਘਰਸ਼ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬੁਲੰਦ ਹੋਇਆ। ਔਰ ਵੱਡੀ ਗੱਲ ਇਹ ਹੈ ਹਰ ਧਰਮ ਹਰ ਜਾਤ ਹਰ ਵਰਗ ਦੇ ਲੋਕ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ। ਪਰ ਪ੍ਰੋਬਲਮ ਇੱਥੇ ਆਉਂਦੀ ਆ ਕਿ ਪਿਛਲੇ ਪੰਜਾਬ ਦੇ 40-50 ਸਾਲ ਦਾ ਜਦੋਂ ਇਤਿਹਾਸ ਦੇਖਦੇ ਹਾਂ ਅਸੀਂ, ਜਦੋਂ 84 ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਤੋਂ ਬਾਅਦ ਜਿਹੜੀ ਸਿੱਖ ਨੌਜਵਾਨੀ ਦਾ ਚਰਿੱਤਰ ਘਾਣ ਹੋਇਆ, ਉਸ ਚਰਿੱਤਰ ਘਾਣ ਦਾ ਇੱਕ ਬਹੁਤ ਵੱਡਾ ਜਿਹੜਾ ਤਰੀਕਾ ਅਪਣਾਇਆ ਗਿਆ ਉਹ ਸੀ ਅਸ਼ਲੀਲ ਗਾਇਕੀ ਤੇ ਜਾਤ ਆਧਾਰਿਤ ਗਾਇਕੀ। ਜੱਟ ਸ਼ਬਦ ਨੂੰ ਹੀ ਇੰਨਾ ਤੋਂ ਜ਼ਿਆਦਾ ਪ੍ਰਮੋਟ ਕੀਤਾ ਗਿਆ ਜਿਹਦੇ ਵਿੱਚ ਇਹ ਮਹਿਸੂਸ ਹੁੰਦਾ ਸੀ ਕਿ ਜਿਹੜੇ ਬਾਕੀ ਵਰਗ ਨੇ ਉਹ ਸਾਰੇ ਕਿਸੇ ਪਾਸੇ ਕਿਸੇ ਥਾਂ ਦੇ ਉੱਤੇ ਖੜਦੇ ਨਹੀਂ ਹੈ। ਜਦਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਾਤ ਦਾ ਗਰਵ ਨਾ ਕਰ ਮੂਰਖ ਦੁਆਰਾ, ਇਸ ਗਰਵ ਤੇ ਚੱਲੇ ਬਹੁਤ ਬੇਕਾਰ। ਮਤਲਬ ਸਾਰੇ ਵਿਕਾਰ ਜਿਹੜੇ ਜਿਹੜੀਆਂ ਬਿਮਾਰੀਆਂ ਜਿਹੜੀਆਂ ਦਿੱਕਤਾਂ ਸਾਡੇ ਸਾਹਮਣੇ ਆ ਰਹੀਆਂ ਨੇ ਇਹਦੇ ਪਿੱਛੇ ਜਿਹੜਾ ਕਾਰਨ ਆ ਉਹ ਮਨੁਵਾਦ ਵਿਪਰਵਾਦ ਤੇ ਇਹ ਜਾਤੀਵਾਦ ਹੈ, ਤੇ ਇਸ ਜਾਤੀਵਾਦ ਨੂੰ ਅਸੀਂ ਚਾਹੁੰਦੇ ਹਾਂ ਕਿ ਇਹ ਜਾਤੀਵਾਦ ਖਤਮ ਹੋਵੇ। ਪਰ ਇੱਥੇ ਜਦੋਂ ਅਸੀਂ ਦੇਖਦੇ ਹਾਂ ਇੱਕ ਜਾਂ ਦੋ ਕ੍ਰਾਂਤੀਕਾਰੀ ਗੀਤ ਇੱਕ ਗੀਤਕਾਰ ਕੋਈ ਬਣਾਉਂਦਾ ਲਿਖਦਾ ਤੇ ਸਿੰਗਰ ਗਾਉਂਦਾ, ਤੇ 10 ਗੀਤ ਇਹੋ ਜਿਹੇ ਹੁੰਦੇ ਨੇ ਜਿਹੜੇ ਸਿਰਫ ਜੱਟ 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 ਸ਼ਬਦ ਨੂੰ ਹੀ ਪ੍ਰਮੋਟ ਕਰਦੇ ਨੇ। ਇਹ ਕਿਉਂਕਿ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਬਾਬਾ ਬੰਦਾ ਸਿੰਘ ਬਹਾਦਰ ਨੇ ਕ੍ਰਾਂਤੀ ਲਿਆਂਦੀ ਸੀ, ਅੱਜ ਅਸੀਂ ਇੱਥੇ ਸੰਘਰਸ਼ ਕਰ ਰਹੇ ਹਾਂ, ਅਸੀਂ ਉਹ ਜ਼ਮੀਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਜ਼ਮੀਨਾਂ ਬੰਦਾ ਬਹਾਦਰ ਤੋਂ ਪਹਿਲਾਂ ਸਾਡੀਆਂ ਨਹੀਂ ਸੀ। ਇਹ ਇਸ ਕੌਮ ਦਾ ਸਿੱਖ ਕੌਮ ਦਾ ਪਹਿਲਾ ਜਰਨੈਲ ਪਹਿਲਾ ਸ਼ਾਸਕ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਆ, ਉਸ ਮਹਾਨ ਪੁਰਸ਼ ਦੀ ਦੇਣ ਆ ਜਿਹਨੇ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਏ ਸੀ, ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਏ ਸੀ। ਪਰ ਇਸ ਸ਼ਬਦ ਨੂੰ ਪ੍ਰਚਾਰਨ ਮੌਕੇ ਵੀ ਸਾਡੇ ਪ੍ਰਚਾਰਕ ਸਾਡੇ ਜਿਹੜੇ ਇਤਿਹਾਸ ਦੱਸਣ ਵਾਲੇ ਨੇ ਇਤਿਹਾਸਕਾਰ ਨੇ ਉਹ ਧੋਖਾ ਖਾ ਜਾਂਦੇ ਨੇ। ਉਹ ਇਹ ਗੱਲ ਕਰ ਜਾਂਦੇ ਨੇ ਕਿ ਜੱਟਾਂ ਨੂੰ ਜ਼ਮੀਨਾਂ ਦੀ ਮਾਲਕੀ ਦਿੱਤੀ ਸੀ। ਇੱਥੇ ਮੈਂ ਸਿੱਧ ਕਰਨਾ ਚਾਹੁੰਦਾ ਗੁਰਬਾਣੀ ਗੁਰਮਤ ਜਿਹੜੇ 1430 ਅੰਗ ਨੇ, ਕਿਸ ਜਗ੍ਹਾ ਦੇ ਉੱਤੇ ਸਿਰਫ ਇੱਕ ਜਾਤ ਦੇ ਕਰਕੇ ਕੋਈ ਲਾਭ ਦੇਣ ਦੀ ਗੁਰੂ ਸਾਹਿਬ ਨੇ ਗੁਰਬਾਣੀ ਨੇ ਗੱਲ ਕੀਤੀ ਹੋਵੇ, ਮੈਨੂੰ ਇੱਕ ਵੀ ਕੋਈ ਐਗਜ਼ਾਮਪਲ ਇਹੋ ਜਿਹੀ ਦੱਸ। ਕੋਈ ਇੱਕ ਵੀ ਉਦਾਹਰਨ ਤੁਹਾਡੇ ਕੋਲ ਨਹੀਂ ਹੈ, ਇਸ ਦਾ ਮਤਲਬ ਇਹ ਹੈ ਕਿ ਬਾਬਾ ਬੰਦਾ ਬਹਾਦਰ ਜਿਹੜਾ ਕਿ ਬਾਬੇ ਨਾਨਕ ਦੇ ਨਾਨਕ ਸ਼ਾਹੀ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਸਿੱਕੇ ਜਾਰੀ ਕਰ ਰਿਹਾ ਉਸ ਮੌਕੇ, ਆਪਦਾ ਵਿੱਚ ਨਾਮ ਵੀ ਨਹੀਂ ਲਿਖਦੇ, ਤਾਂ ਕੀ ਉਹ ਸਿਰਫ ਇੱਕ ਜੱਟ ਸ਼ਬਦ ਨੂੰ ਮੂਹਰੇ ਲੈ ਕੇ ਉਹਨਾਂ ਨੂੰ ਹੀ ਜ਼ਮੀਨਾਂ ਦੇਣਗੇ? ਇਹ ਬਿਲਕੁਲ ਨਹੀਂ ਸੀ, ਜ਼ਮੀਨਾਂ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਜਿਹੜੇ ਕਿਸਾਨ ਸੀ, ਜਿਹੜੇ ਖੇਤੀ ਕਰਦੇ ਸੀ ਪਰ ਮੁਜ਼ਾਰੇ ਸੀ, ਜ਼ਗੀਰਦਾਰਾਂ ਦੀਆਂ ਜ਼ਮੀਨਾਂ ਦੇ ਉੱਤੇ ਸਿਰਫ ਆਪਣੇ 3 ਵਕਤ ਦੀ 2 ਵਕਤ ਦੀ ਰੋਟੀ ਦੀ ਖਾਤਰ ਉਹ ਮੁਜ਼ਾਰਾ ਪੁਣਾ ਕਰਦੇ ਸੀ। ਤੇ ਅੱਜ ਅਸੀਂ ਦੇਖ ਰਹੇ ਹਾਂ ਤੇ ਬਹੁਤ ਵਧੀਆ ਫੈਸਲਾ ਲਿਆ ਸਾਡੀਆਂ ਸੰਘਰਸ਼ ਕਮੇਟੀਆਂ ਨੇ, ਇਹਨੂੰ ਜੱਟ ਮਜ਼ਦੂਰ ਏਕਤਾ ਨਹੀਂ ਕਿਹਾ ਗਿਆ, ਇਹਨੂੰ ਕਿਸਾਨ ਮਜ਼ਦੂਰ ਏਕਤਾ ਕਿਹਾ ਗਿਆ, ਕਿਉਂਕਿ ਕਿਸਾਨ ਦੇ ਵਿੱਚ ਸਾਰੇ ਵਰਗ ਸਾਰੀਆਂ ਜਾਤਾਂ ਇਕੱਲੇ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਦੀਆਂ ਆ ਜਾਂਦੀਆਂ ਨੇ। ਗੌਰਵ ਜੀ ਨੇ ਬਹੁਤ ਵਧੀਆ ਗੱਲ ਕਰੀ ਆ, ਔਰ ਮੈਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਿੰਗਰ ਨੇ ਰੱਬ ਦੇ ਵਾਸਤੇ ਅਜੇ ਵੀ ਥੋੜ੍ਹਾ ਜਿਹਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ, ਜੇ ਤੁਸੀਂ ਪ੍ਰਮੋਟ ਕਰਨਾ ਹੀ ਹੈ ਤਾਂ ਸਿੱਖੀ ਨੂੰ ਪ੍ਰਮੋਟ ਕਰੋ, ਸਿੱਖ ਸਿੰਘ ਕੌਰ ਖਾਲਸਾ। ਕੀ ਇਹਨਾਂ ਸ਼ਬਦਾਂ ਦੇ ਵਿੱਚ ਤੁਹਾਨੂੰ ਕੋਈ ਹੀਣਤਾ ਨਜ਼ਰ ਆਉਂਦੀ ਆ ਜਿਹੜਾ ਤੁਸੀਂ ਸਿਰਫ ਇੱਕ ਜੱਟ ਸ਼ਬਦ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਇਸ ਕਰਕੇ ਅੱਗੇ ਤੋਂ ਸਾਡੀ ਇਸ ਅਪੀਲ ਨੂੰ
समझो ते इहदे ते पहरा देण दी कोशिश करो क्योंकि सरकारां चाहुंदियां ने तुहानूं वंड के तुहानूं इक दूजे तों दूर करना। हुण जदों इत्थे किसे इक जात दा नाम लै के गाने बजदे ने डैकां ते ते लोकी भंगड़े पाउंदे ने ते जिहड़े बाकी वर्ग इत्थे शामिल ने मन्निया ਬਹੁਤ ਗਿਣਤੀ ਇੱਕ ਜਾਤ ਦੀ ਹੋ ਸਕਦੀ ਆ ਪਰ ਬਾਕੀ ਵੀ ਤਾਂ ਹੈ ਨੇ ਜੇ 60-40 ਦੀ ਰੇਸ਼ੋ ਆ ਤਾਂ 40 ਨੂੰ ਤੁਸੀਂ ਕਿਉਂ ਆਪਣੇ ਤੋਂ ਦੂਰ ਕਰ ਰਹੇ ਹੋ ਕਿਉਂ ਉਹਨਾਂ ਨੂੰ ਨਾਰਾਜ਼ ਕਰ ਰਹੇ ਹੋ। ਇਸ ਕਰਕੇ ਇਹ ਜੇ ਜੋ ਵੀ ਆਪਣੇ ਗੁਰਮਤਿ ਸਿਧਾਂਤ ਸਿੱਖੀ ਸਿਧਾਂਤ ਅਤੇ ਪੰਜਾਬੀਅਤ ਤੋਂ ਦੂਰ ਕਰਨ ਵਾਲੇ ਜਿਹੜੇ ਵੀ ਸ਼ਬਦ ਨੇ ਉਹਨਾਂ ਦਾ ਇਸਤੇਮਾਲ ਬੰਦ ਕੀਤਾ ਜਾਵੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿੰਘ ਕੌਰ ਅਤੇ ਖਾਲਸੇ ਦੇ ਸ਼ਬਦ ਦਿੱਤੇ ਸੀ।